जी अस्सलाम वालेकुम हाथ रखो ना उधर जी भाई जी। हाँ जी चलती है भाई जी। भाई जी हेलो, है पांच परिंदे जे डायमंड कबूतर ये पट्ठी है घर की जी। लगड़ पहाड़ी सी फिरोजपुरी है, सियालकोटा ने तो छोटी गोल्डन है। ठीक है, ग्रेट स्टेशन तो मुहल्ला रहमतपुरा बाबर अली छत नाम मालक है छत। अस्सलाम वालेकुम जी, ए छत है जी माड़ी पिंडा तो अली अकबर उस्ताद अली अकबर माड़ी पिंडा अदर ना लिया जी। हाँ जी सियालकोटन जी जी टैडी पठा टैडी काल पुछा सलारा कबूतर जी लगड़। ठीक है जी, मेहरबानी उस्ताद जी आ बैठे जी। जी अस्सलाम वालेकुम जनाब, आ साजू लाखे दी छत है माड़ी वाले दे, ऐ उंदे पंज कबूतर ने बाबा जी दा तारफ करो करके कबूतर। सलारा कबूतर टैड़ी जी, अगे शाहसरा गोगे वाला कबूतर टैड़ी जी, स्लेटा पठा जी, टैडन मादी जी, गोल्डन कबूतर जी। ठीक हो गया, ओके। अस्सलाम वालेकुम जी, ऐ छत है जी माड़ी पिंडरा उस्ताद अफजल दी, ऐ पंज कबूतर ने जी शौक कर लो। अरे ना दस्या जी, ना बोलया जी, जौंसरा कबूतर है जी, दूजा जौंसरा, दूसरा लाल अखा जौंसरा है जी जी। हां इनू इंग्लैंडी आंदे ने। अच्छा, एक इंग्लैंडी जौंसरा है, एक कोकरील दा पट्ठा है जौंसरा। ठीक है, चीनी कबूतरी है जाने वाली। ਅ ਛੱਤ ਹੈ ਜੀ ਜਬੈਰ ਪਿੰਡਰ ਮਾੜੀ ਪਿੰਡਰਾਂ, ਅੱਛਾ ਉਹ ਕਰ ਲਓ ਜੀ ਪੰਜ ਕਬੂਤਰਾਂ ਦਾ। ਇੱਕ ਉੱਤੇ ਬਿਠਾ ਹੈ, ਅੱਛਾ ਸਰਾ ਕਬੂਤਰ ਹੈ, ਇੱਕ ਜੀਰਾ ਜਿਹਾ ਕਬੂਤਰ ਹੈ। ਆਹ ਸਭ ਇਹਦਾ ਨਾਂ ਲਿਆ ਜੀ ਮੀਆਂ ਸਾਹਿਬ, ਕੀ ਨਾਂ ਨੇ ਕਬੂਤਰਾਂ ਦੇ? ਖੱਟੇ ਛੱਲੇ ਵਾਲਾ, ਬਾਲੋ ਬੱਤੀਆਂ ਮਾਦੀ, ਅੱਛਾ ਚੀਨਾ ਸ਼ਹਿਰ ਵਾਲਾ, ਅੱਛਾ ਹੰਗੂ ਗੈਂਗ ਵਾਲਾ ਚੀਨਾ, ਅੱਛਾ ਤੇ ਤਿਤਲੀ ਕਬੂਤਰ ਹੈ ਜੀ। ਆਪਣਾ ਪੰਜ ਕਬੂਤਰ ਨੇ ਜੀ ਮੀਆਂ ਨਾਬ ਲੋ ਅਮਤਿਆਜ਼ ਰਾਣਾ ਪਿੰਡ ਲੰਜ। ਠੀਕ ਹੈ, ਉਹਨਾਂ ਦੇ ਪੰਜ ਕਬੂਤਰ ਜੀ। ਆ ਪਹਿਲੇ ਕਬੂਤਰ ਦਾ ਦੱਸ ਦੱਸਿਆ ਜੀ, ਜੈਲਦਾਰ ਕਬੂਤਰ ਸ਼ਾਹ ਜੀ। ਉਸ ਤੋਂ ਅਗਲਾ, ਉਸ ਤੋਂ ਅਗਲੀ ਜੌਂਸਰੀ ਪੱਠੀ, ਉਸ ਤੋਂ ਅਗਲਾ, ਉਸ ਤੋਂ ਅਗਲੀ ਸ਼ਾਹਸਰੀ ਪੱਠੀ, ਉਸ ਤੋਂ ਅਗਲਾ, ਉਸ ਤੋਂ ਅੱਗੇ ਜੌਂਸਰਾ ਪੱਠਾ, ਉਸ ਤੋਂ ਅੱਗੇ ਫਿਰ ਜੌਂਸਰੀ ਪੱਠੀ ਤੀਰਾਂ ਜੀ। ਠੀਕ ਹੈ, ਓਕੇ ਹੋ ਗਿਆ, ਲਓ ਜਾ ਛੱਤ ਮਾਰ। ਜਨਾਬ ਪੰਜ ਕਬੂਤਰ ਜੇ, ਅਤੇ ਕਿਲ੍ਹਾ ਮੁਸਤਫਾਬਾਦ ਮਾਰਗ ਦਾ ਨਾਂ ਜੇ ਰਿਆਸ। ਠੀਕ ਹੈ, ਇਹ ਉਹਨਾਂ ਦੇ ਪੰਜ ਕਬੂਤਰ ਜੀ। ਜਾਲਦਾਰੀ ਕਬੂਤਰੀ ਹੈ, ਨਾਲ ਬਿੱਲਾ ਕਬੂਤਰ ਹੈ, ਨਾਲ ਡੱਬੀ ਕਬੂਤਰੀ ਹੈ। ਲੋ ਜੀ ਭਾਜੀ, ਆ ਨਾ ਰਾਣਾ ਤਫੈਲ ਮਟਵੀ ਦੇ। ਠੀਕ ਹੈ, ਪੰਜ ਕਬੂਤਰ ਨੇ, ਚਾਰ ਆ ਬੈਠੇ ਜੀ, ਇੱਕ ਆ ਬੈਠਾ। ਠੀਕ ਹੈ, ਇਹ ਛੱਤ ਮਾਲਕ ਜੀ। ਅਸਲਾਮ ਵਾਲੇਕੁਮ, ਰਾਣਾ ਕਬੀਰ ਵੱਡੇ ਖੂਦ ਬੋਲਣ ਡਿਆ, ਛੱਤ ਚੋਰੀ ਸਮਾਨ ਵੀ ਰੱਖਦੀ। ਪੰਜਾਂ ਕਬੂਤਰਾਂ ਨੂੰ ਮੋਹਰਾਂ ਲੱਗ ਗਈਆਂ ਨੇ ਮਾਸ਼ਾਅੱਲਾ, ਇਹ ਪੰਜ ਕਬੂਤਰ ਨੇ ਸਾਡੇ, ਅਤੇ ਅੱਲਾ ਖੈਰ ਕਰੇ। ਇਹ ਸੁਨਿਆਰਿਆਂ ਲਓ ਲਾਜਾ ਪੱਠੀ। ਠੀਕ ਹੈ, ਇਸ ਕਬੂਤਰ ਦਾ ਕੀ ਨਾਂ ਜਨਾਬ? ਲੱਖ ਲੱਖ, ਉਸ ਤੋਂ ਅੱਗੇ ਚਪਲਾ, ਉਸ ਤੋਂ ਅੱਗੇ ਉਸਲਾ ਰਾਜਾ ਕਬੂਤਰ ਠੜੀ ਇਹ ਵਾਲਾ, ਫਿਰ ਉਸ ਤੋਂ ਦਾ ਪੱਠਾ ਇਹ ਗੋਲਡਨ ਪੱਠਾ ਹੈ ਜੀ। ਠੀਕ ਹੈ, ਇਹ ਮਾਲਕ ਜੀ। ਲਓ ਜਨਾਬ ਛੱਤ ਮਾਲਕ ਤਿਸਗਰ ਵਿਰਕ ਖਾਨ ਮੁਸਲਮਾਨ, ਇਹ ਇੱਕ ਮਾਦੀ ਜੇ, ਇਹਨਾਂ ਦੇ ਉੱਤੇ ਚਾਰ ਨਰ ਜੇ। ਠੀਕ ਹੈ, ਇੱਕ ਦੋ ਵੱਡਾ ਗੋਲਡਨ ਜੇ ਜੀ, ਜੱਗੀ ਵਾਲਾ ਫਿਰੋਜ਼ਪੁਰੀ ਜੇ, ਅੱਗੇ ਤੇ ਘਰ ਵਾਲਾ ਪੱਠਾ ਇੱਕ ਸਾਡਾ, ਅੱਗੇ ਵੱਡੇ ਗੋਲਡਨ ਦਾ ਤੇ ਆ ਡੱਬਾ ਵਾਲਾ ਕਬੂਤਰ ਜੇ, ਤੇ ਮਾਦੀ, ਤੇ ਮਾਦੀ ਉਹਦੀ ਭੈਣ ਵੱਡੇ ਗੋਲਡਨ ਦੀ ਟਾਲੀ ਆ ਕੇ। ਓਕੇ ਜਨਾਬ, ਇਹ ਦੁਪੱਟੇ ਤੋਂ ਛੱਤ ਰਾਣਾ ਤੇ ਅਲੀ ਹੈਦਰ, ਇਹ ਉਹਨਾਂ ਅਤੇ ਛੱਤ ਮਾਲਕ ਅਤੇ ਹੱਕ ਹੱਕ ਨਵਾਜ਼, ਇਹ ਜੋ ਉਹਨਾਂ ਦੀਆਂ ਦੋ ਮਾਦੀਆਂ ਨੇ ਅਤੇ ਤਿੰਨ ਨਰ ਨੇ। ਠੀਕ ਹੈ, ਅਸਲਾਮ ਵਾਲੇਕੁਮ ਜੀ, ਆ ਛੱਤ ਹੈ ਜੀ ਸਾਡੇ ਉਸਤਾਦ ਪਰਵੇਜ਼ ਲੰਬੜਦਾਰ ਬੁੱਢਾ ਖੂਹ ਤੋਂ, ਅਤੇ ਕਬੂਤਰਪੁਰੀ ਦੇ ਜੀ ਬੜਾ ਪੁਰਾਣਾ ਨਾਮ ਹੈ, ਬੜੀ ਛੱਤ ਹੈ ਇਹਦਾ, ਕਬੂਤਰਾਂ ਨੇ ਨਾਮ ਸੁਣਿਆ ਜੀ ਜੀ ਉਸਤਾਦ ਜੀ। ਕਸ ਵਾਲਾ ਜੀ, ਡਰੈਗਨ, ਡਰੈਗਨ ਘੁੱਗਾ, ਘੁੱਗਾ ਕਬੂਤਰ ਹੈ ਜੀ, ਦਸ ਨੰਬਰ, ਦਸ ਨੰਬਰ ਜੀ, ਇਹ ਕਬੂਤਰੀ ਹੈ ਜੀ, ਕਲਪਰੀ ਪੱਠੀ। ਮਾਸ਼ਾਅੱਲਾ ਜੀ, ਬੜਾ ਵਧੀਆ ਸ਼ੌਕ ਹੈ ਜੀ ਉਸਤਾਦਰਾਂ ਦਾ, ਇਨਸ਼ਾਅੱਲਾ ਸੁਬਹ ਪ੍ਰਵਾਦ ਵੀ ਇੰਨੀ ਹੀ। ਜਨਾਬ ਤਿਆਜ਼ਮ ਬਾਠ ਸਪੇਨ ਛੱਤ ਨਾਰ ਵਾਲੀ। ਠੀਕ ਹੈ, ਇਹ ਉਹਨਾਂ ਦੇ ਪੰਜ ਕਬੂਤਰ ਜੀ। ਠੀਕ ਹੈ, ਇਹ ਵੇਖ ਲਓ ਪੰਜ ਕਬੂਤਰ ਜਨਾਬ। ਅਸਲਾਮ ਵਾਲੇਕੁਮ ਜੀ, ਇਹ ਜਿਸ ਭਰਾ ਦਾ ਹੋਇਆ ਬਾਈ ਪਰਿੰਦਾ ਫੜਿਆ ਆਵੇ ਉਹ ਰਾਬਤਾ ਕਰ ਲਵੇ। ਲਓ ਜਨਾਬ ਨਦੀਮ ਵਿਰਕ ਦਰਬੂਜੀ ਵਿਰਕਾਂ। ਠੀਕ ਹੈ, ਇਹ ਉਹਨਾਂ ਦੀਆਂ ਤਿੰਨ ਮਾਦੀਆਂ, ਕਿਹੜੀ ਮਾਦੀ ਜਨਾਬ? ਕਲਪੋਟੀ ਮਾਦੀ, ਉਸ ਤੋਂ ਅੱਗੇ ਕਲਪੂਸ਼ੀ ਮਾਦੀ, ਉਸ ਤੋਂ ਅੱਗੇ ਗੋਲਡਨ ਕਲਪੂਸ਼ੀ ਮਾਦੀ,
ਇੱਧਰ ਆਓ ਆਹ ਤਰਫ ਕਰਾਓ ਇਹਨਾਂ ਦੋਵਾਂ ਦਾ ਵੱਡਾ ਕਬੂਤਰ ਟੈਡੀ ਜੀ ਕਸਮ ਬਾਈ ਵਾਲਾ ਲੇਟ ਵਾਲਾ ਪੱਠਾ ਓਕੇ ਹੋ ਗਿਆ ਠੀਕ ਹੈ ਠੀਕ ਹੈ ਲਓ ਜਨਾਬ ਆਹ ਪੰਜ ਕਬੂਤਰ ਨੇ ਜ਼ਹੀਰ ਵਿਰਕ ਦਰਬੁੱਜੀ ਵਿਰਕਾਂ ਦਾ ਠੀਕ ਹੈ ਮੀਆਂ ਜਾਂ ਤਿੰਨਾਂ ਕਬੂਤਰਾਂ ਦਾ ਤਾਰਫ ਕਰਾਓ ਜ਼ਰਾ ਥੋੜ੍ਹਾ ਜਿਹਾ ਤਾਰਫ ਕਰਾਓ ਕਬੂਤਰਾਂ ਦਾ ਪਰਲੇ ਦਾ ਐਂਡ ਵਾਲੇ ਦਾ ਉਹ ਪੱਠਾ ਹੈ ਪੰਜ ਮੈਂ ਹਾਂ ਛੇ ਪਰਦਾ ਜੀ ਇਹ ਹਰੇ ਰੰਗ ਵਾਲਾ ਕਬੂਤਰ ਕਰਪੂਸਾ ਜੀ ਉਹਨੂੰ ਅਸੀਂ ਕ੍ਰਿਸਚਨ ਆਉਂਦੇ ਹਾਂ ਜੀ ਉਹ ਬੱਚੇ ਤੋਂ ਅੱਗੇ ਜੀ ਠੀਕ ਹੈ ਪਿੱਛੇ ਬੱਚਾ ਹੈ ਜੀ ਉਹ ਸੱਤ ਪਰ ਛੇ ਪਰਦਾ ਤੇ ਇਹ ਵਾਲਾ ਇਹ ਮਾਦੀ ਜੌਂਸਰੀ ਜੀ ਓਕੇ ਹੋ ਗਿਆ ਸ਼ਰਾਫਤ ਲੰਬੜਦਾਰ ਕੀ ਛੱਤ ਸਲਾਰਾ ਪੱਠਾ ਘਰ ਵਾਲਾ ਜੌਂਸਰੀ ਪੱਠੀ ਪੰਜ ਨੰਬਰ ਬਾਨੀ ਵਾਲੀ ਪੱਠੀ ਪਾਟੇ ਬੂੰਡੇ ਵਾਲਾ ਅਤੇ ਮੂਸਾਪਰ ਵਾਲਾ ਕਬੂਤਰ ਮਾੜੀ ਪਿੰਡਰਾਂ ਅਤੇ ਇੱਕ ਗੋਲਡਨ ਕਬੂਤਰ ਇੱਕ ਕਾਲੂ ਵਾਲਾ ਕਬੂਤਰ ਇੱਕ ਨਿੱਕੋ ਇੱਕ ਪੋਮੀ ਵਾਲੀ ਕਬੂਤਰੀ ਇੱਕ ਡਾਕਟਰ ਦਸਤਗੀਰ ਵਾਲਾ ਕਬੂਤਰ ਪਿੰਡ ਪਿੰਡ ਗਈਬੀ ਅਸਲਾਮ ਵਾਲੇਕੁਮ ਜੀ ਗਰੁੱਪਾਂ ਦੇ ਕੀ ਹਾਲ ਚਾਲ ਠੀਕ ਠਾਕ ਪਕਾਲੇ ਤੋਂ ਹਾਜੀ ਲਿਆ ਕਰੀ ਗੁੱਜਰ ਦੀ ਛੱਤ ਤੋਂ ਇਹ ਪੰਜ ਪਰਿੰਦੇ ਜੀ ਮੋਹਰ ਲੱਗ ਗਈ ਮੁਕੰਮਲ ਹੋ ਗਈਆਂ ਪੰਜ ਪਰਿੰਦੇ ਭਾਜੀ ਕਿਲਾ ਪੱਠੀਆਂ ਦੌਦ ਪੱਠੀ ਦੀ ਛੱਤ ਜਨਾਬ ਦਾ ਕਬੂਤਰਾ ਤਾਰਫ ਕਰਾਓ ਇਹਨਾਂ ਦਾ ਕੱਲੇ ਕੱਲੇ ਦਾ ਨਾਂ ਦਾ ਦੱਸ ਇਹ ਕਿਹੜਾ ਸਾਮੇ ਵਾਲਾ ਇਹ ਵਾਲਾ ਇਹ ਛੋਟੇ ਭਰਾ ਵਾਲਾ ਉਸ ਤੋਂ ਪਿੱਛੇ ਉਹ ਲਾਲ ਅੱਖਾਂ ਵਾਲਾ ਇਹ ਗਲਵਾ ਪੱਠਾ ਉਹ ਜੌਂਸਰਾ ਪੱਠਾ ਠੀਕ ਹੋ ਗਿਆ ਓਕੇ।